You are watching Channel Y. Channel Y, a South Asian Canadian channel. वाहेगुरु जी का खालसा, वाहेगुरु जी की फतेह। अज 8 तरीक दूसरा महीना, लगभग 4 बजे का टाइम, 4:15 का पहुवंड साहब तो नगर कीर्तन आ रहा सीगा। अगे अष्टबाजी वीर कर रहे सी, अष्टबाजी वाली जिहड़ी आ गड्डी आ उहदे विच अष्टबाजी गई फट, ते सो मुंडिया दी काफ़ी नुकसान होया वा। तरन तारण सिविल हस्पताल खड़िया वा वीरां नूं, सो खून दी भारी लोड़ आ। उत्थे जिहड़े जिहड़े वी वीर जा सकदे उत्थे जरूर पहुंचण, तां जो खून दित्ता जा सके। सिविल हस्पताल तों पता करो वी कित्थे रैफर कीता जां किस तरह वा। सो बेनती आ, क्योंकि काफ़ी नुकसान हो चुका वा, ये लग भिखी विंड पहुवंड एरिए दे वीर आ सारे ही। सो बेनती आ वी छेती तों छेती जिहड़ा खूनदान नहीं कर सकदा वा, खून उत्थे जरूर पहुंचावे, क्योंकि खून दी लोड़ आ। ਬਾਬਾ ਦੀਪ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਅੱਜ ਅਚਾਨਕ ਧਮਾਕਾ ਹੋਣ ਦਾ ਸਮਾਚਾਰ ਮਿਲਿਆ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪੋਵਿੰਡ ਤੋਂ ਗੁਰਦੁਆਰਾ ਟਾਲਾ ਸਾਹਿਬ ਲਈ ਨਗਰ ਕੀਰਤਨ ਰਵਾਨਾ ਹੋਇਆ ਸੀ। ਇਹ ਨਗਰ ਕੀਰਤਨ ਪਿੰਡ ਡਾਲੇਕੇ ਨੇੜੇ ਪਹੁੰਚਿਆ ਹੀ ਸੀ ਕਿ ਧਮਾਕਾ ਹੋ ਗਿਆ। ਧਮਾਕੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਨੇ। ਚਸ਼ਮਦੀਦਾਂ ਦੇ ਅਨੁਸਾਰ ਵਿਸਫੋਟ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਅਜੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਰਹੀ ਹੈ। ਧਮਾਕੇ ਦੀ ਖਬਰ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਨੇ। ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਧਿਆਨ ਰਾਹਤ ਅਤੇ ਬਚਾਅ ਕਾਰਜਾਂ ਵੱਲ ਹੈ। ਸ਼ਹਿਰ ਦੇ ਨਗਰ ਕੀਰਤਨ 'ਚ ਸ਼ਾਮਿਲ ਹੋਣ ਲਈ ਦੂਰੋਂ ਦੂਰੋਂ ਲੋਕ ਪਹੁੰਚੇ ਸਨ। ਇਹਨਾਂ ਵਿੱਚ ਬਹੁਤ ਸਾਰੇ ਬੱਚੇ, ਔਰਤਾਂ ਅਤੇ ਬੁੱਢੇ ਲੋਕ ਵੀ ਸ਼ਾਮਿਲ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰੱਖਿਆ ਗਿਆ। ਜ਼ਖਮੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕਾਂ ਦੇ ਅੰਗ ਦੂਰ ਦੂਰ ਤੱਕ ਡਿੱਗ ਪਏ। ਮੌਕੇ 'ਤੇ ਸਿਰਫ ਖੂਨ ਹੀ ਖੂਨ ਦਿਖਾਈ ਦੇ ਰਿਹਾ। ਫਰੰਟ ਸਾਈਡ 'ਤੇ ਆਤਿਸ਼ਬਾਜ਼ੀ ਚਲਾ ਰਹੇ ਸੀ। ਆਤਿਸ਼ਬਾਜ਼ੀ ਚਲਾਉਂਦਿਆਂ ਮਤਲਬ ਇੱਕ ਚਿੰਗਿਆਰੀ ਜ਼ਰੂਰਤ ਹੈ ਕਹਿੰਦੀ, ਉਹਦੇ ਕਾਰਨ ਮੈਨੂੰ ਸਾਰਾ ਫਟ ਗਿਆ। ਅੱਛਾ ਜੀ, ਪੂਰੀ ਟਰਾਲੀ ਫਟ ਗਈ। ਠੀਕ ਹੈ, ਉਹਦੇ 'ਚ ਉਦੋਂ ਇੱਕ ਬੰਦੇ ਡੈਥ ਹੋ ਗਈ ਹੈ। ਅੱਛਾ ਜੀ, ਬਾਕੀ ਅਤੇ ਕਈ ਤੁਹਾਡੇ ਨਾਲ ਫਟਿਆ ਵਾ, ਫਿਰ ਬਰੂ ਫਟਿਆ ਟਾਇਰ ਨੇ, ਮਤਲਬ ਪਹਿਲਾਂ ਚਿੰਗਿਆਰੀ ਬਰੂ ਚਲਾ ਰਹੇ ਸੀ, ਉਹ ਚਿੰਗਿਆਰੀ ਪਈ ਹੈ ਬਰੂ 'ਤੇ, ਚਿੰਗਿਆਰੀ ਡਿੱਗੀ ਉਹਦੇ ਨਾਲ, ਮਤਲਬ ਟਰੈਕਟਰ ਬਲਾ ਸਾਰਾ ਪੂਰੀ ਜੋ ਟਰਾਲੀ ਸੀ ਛੋਟੀ ਪੂਰੀ ਮਤਲਬ ਉਹ ਫਟ ਗਈ। ਇਹ ਭਾਅ ਜੀ ਤੁਹਾਡਾ ਕੋਈ ਰਿਸ਼ਤੇਦਾਰ ਵੀ ਹੈਗਾ ਜਿਹਦਾ ਨਾਲ ਤੁਹਾਡੇ ਮਤਲਬ ਕਿ ਸਾਰੇ ਗੱਡੀ ਆ ਰਹੀ ਸੀ? ਕੋਲ ਕੀ ਉਹਨਾਂ ਦੇ ਕੀ ਚੱਲਦੇ ਆ ਰਹੇ ਆ? ਤਕਰੀਬਨ 8 ਤੋਂ 10 ਮਿੰਟ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।